बिस्मिल्लाहिर्रहमानिर्रहीम इबराहीम असलम चैप्टर नंबर पाँच परिचित गल हो रही है पेज नंबर दो सौ पंताली अज्दा लास्ट लैसन होगा अंशाला चैप्टर नंबर पांच खत्म हो जाएगा बाकी ये कि जो तीन कोई वीडियो चैक कर दिया कोई कमेंट वगैरह सब कर दिया करो यहाँ एवे कि मैनु पता चल जाए कि किन्ने स्टूडेंट्स इस टाइम तैनते पे करते हैं ਔਰ ਇਸ ਤੋਂ ਇਲਾਵਾ ਇਹ ਤੁਹਾਡਾ ਵੀ ਫਰਜ਼ ਹੈ ਕਿ ਜਿੰਨੇ ਆਪਣਾ ਤੁਹਾਡੇ ਜਾਣਨ ਵਾਲੇ ਕੈਂਪਾਂ ਦੇ ਵਿੱਚ ਮੁੰਡੇ ਬੈਠੇ ਨੇ ਜਿਨ੍ਹਾਂ ਦਾ ਹੋ ਸਕਦਾ ਹੈ ਜ਼ਿਆਦਾਤਰ ਐਸੇ ਲੋਕ ਹੋਣ ਜਿਹੜਾ ਕਰਨਾ ਚਾਹੁੰਦੇ ਹੋਣ ਲੇਕਿਨ ਇਹ ਵੇ ਕਿ ਉਹਨਾਂ ਨੂੰ ਕੋਈ ਰਸਤਾ ਨਾ ਮਿਲਦਾ ਹੋਵੇ ਇੱਕ ਤੇ ਉਹਨਾਂ ਨੂੰ ਗਾਈਡ ਕਰੋ ਔਰ ਦੂਸਰਾ ਇਹ ਵੇ ਕਿ ਉਹਨਾਂ ਨੂੰ ਆਖੋ ਕਿ ਫੋਰਸ ਕਰੋ ਕੋਪਦਨ ਤੇ ਲਾਜ਼ਮੀ ਕਰ ਲੈਣ ਇਹ ਅਗਰ ਉਹਨਾਂ ਦੇ ਕੋਰ ਜਿਹੜਾ ਵੇਲਾ ਟਾਈਮ ਹੈ ਅੱਜ ਦਿਓ ਮਸਰੂਫ ਨਹੀਂ ਹੈ ਫਾਰਗ ਨੇ ਇਹਦੇ ਚ ਫਾਇਦਾ ਚੁੱਕ ਲੈਣ ਜੇਰਾ ਫਿਰ ਸਾਰੀ ਜ਼ਿੰਦਗੀ ਉਹਨਾਂ ਦੇ ਕੰਮ ਆਵੇਗਾ। ਔਰ ਇਹ ਐਸਾ ਟਾਈਮ ਹੈ ਕਿ ਜੇ ਰਬਾਤ ਚੋਂ ਉਹਨਾਂ ਨੂੰ ਨਹੀਂ ਮਿਲਣਾ। ਇਸ ਲਈ ਤੁਹਾਡਾ ਅਗਰ ਕੋਈ ਜਾਣਨ ਵਾਲਾ ਚਾਹੇ ਉਹ ਕੈਮ ਚੇਵੇ ਜਾਂ ਚਾਹੇ ਘਰ ਬੈਠਾ ਤੁਸੀਂ ਇੱਕ ਦਫਾ ਆਪਣਾ ਫਰਜ਼ ਸਮਝ ਕੇ ਉਹਨਾਂ ਪਤਨ ਤੇ ਦੇ ਮੁਤਲਕ ਸਾਰੀ ਮਾਲੂਮਾਤ ਦਵੋ ਕਿ ਕਿੰਨਾ ਕੁ ਜ਼ਰੂਰੀ ਹੈ ਔਰ ਇਹ ਕਰਨਾ ਚਾਹੀਦਾ ਹੈ ਔਰ ਫਾਰਗ ਟਾਈਮ ਦੇ ਵਿੱਚ ਤੇ ਲਾਜ਼ਮੀ ਕਰਨਾ ਚਾਹੀਦਾ ਹੈ। ਸਿਨਿਆਲੇ ਦੀ ਧ੍ਰਿੱਤੋ ਦੀ ਪ੍ਰੀਚੇਦਨਜ਼ਾ ਧ੍ਰਿੱਤੋ ਦੀ ਪ੍ਰੀਚੇਦਨਜ਼ਾ ਵਾਲਾ ਕਿੰਨੂੰ ਆਂਦੇ ਨੇ ਇਹ ਤੇ ਤੁਹਾਨੂੰ ਪਤਾ ਚੱਲਣਾ ਚਾਹੀਦਾ ਹੈ ਧ੍ਰਿੱਤੋ ਦੀ ਪ੍ਰੀਚੇਦਨਜ਼ਾ ਕਿੰਨੂੰ ਆਂਦੇ ਨੇ ਜਿਹਨੂੰ ਸਿੱਧਾ ਜਾਣ ਦਾ ਹੱਕ ਹੁੰਦਾ ਹੰ ਧ੍ਰਿੱਤੋ ਦੀ ਪ੍ਰੀਚੇਦਨਜ਼ਾ ਦਾ ਪਿੱਛੇ ਤੁਸੀਂ ਵੀ ਇੱਕ ਪਤਾ ਪੀਲੇ ਰੰਗ ਦਾ ਬੋਰਡ ਪਰ ਕੇ ਆਏ ਸੋ ਇਹ ਯੈਲੋ ਕਲਰ ਦੇ ਵਿੱਚ ਬੋਰਡ ਸੀ ਧ੍ਰਿੱਤੋ ਦੀ ਪ੍ਰੀਚੇਦਨਜ਼ਾ ਦਾ ਅਸੀਂ ਪਿੱਛੇ ਪਾਰ ਕੇ ਆਏ ਸਾਂ ਜਦੋਂ ਸਾਨੂੰ ਇਹ ਨਜ਼ਰ ਆਉਂਦਾ ਸੀ ਤੇ ਦਾ ਕੀ ਮਤਲਬ ਹੁੰਦਾ ਸੀ ਕਿ ਸਾਨੂੰ ਸਿੱਧਿਆਂ ਜਾਣ ਦਾ ਹੱਕ ਹੈ ਫਿਰ ਜਦੋਂ ਇਸ ਬੋਰਡ ਦੇ ਉੱਤੇ ਕਾਲੀ ਪੱਟੀ ਲੱਗ ਜਾਂਦੀ ਸੀ ਪਤਾ ਲੱਗ ਜਾਂਦਾ ਸੀ ਕਿ ਯਾਰ ਉਹ ਜਿਹੜਾ ਸਿੱਧਿਆਂ ਜਾਣ ਦਾ ਹੱਕ ਹੈ ਨਾ ਉਹ ਖਤਮ ਹੋ ਗਿਆ ਇਹ ਹੀ ਦਿੱਲੀਤੋ ਦੀ ਪ੍ਰੇਛੇ ਦੇਨ ਦਾ ਅਗਰ ਸਾਡੇ ਸਾਹਮਣੇ ਜਦੋਂ ਇਹ ਪੀ ਐਂਡ ਪੀ ਲਾ ਬੋਰਡ ਆਈ ਹੈ ਨਾ ਤੇ ਫਿਰ ਸਾਨੂੰ ਪਤਾ ਲੱਗ ਗਿਆ ਕਿ ਯਾਰ ਸਾਡੇ ਖੱਬੇ ਸੱਜੇ ਜਿੱਧਰੋਂ ਵੀ ਕੋਈ ਗੱਡੀ ਨਿਕਲਣੀ ਹੈ ਚਾਹੇ ਇਧਰੋਂ ਨਿਕਲੇ ਚਾਹੇ ਇਧਰੋਂ ਰੁੱਕ ਕੇ ਨਿਕਲੇ ਇੰਨਾ ਸਟਾਪ ਕਰਨਾ ਆਹਾਂ ਸਿੱਧਿਆਂ ਜਾਣਾ ਆਸਾਂ ਇੰਜੋਏ ਕਰਦੇ ਜਾਣਾ ਏ ਸੀ ਸੁਨਿਆਰੇ ਦੀ ਦ੍ਰਿਤੋ ਦੀ ਪ੍ਰੇਛੇ ਦਿਨ ਦਾ ਲੇਕਨ ਇੱਥੇ ਹੁਣ ਸੁਨਿਆਰੇ ਦੀ ਦ੍ਰਿਤੋ ਦੀ ਪ੍ਰੇਛੇ ਦਿਨ ਜਦ ਨਾਲ ਹੈ ਨਹੀਂ ਸੈਨਸੀ ਉਨੀ ਚੀ ਹਾਲਤ ਰਨਾਰਤੀ ਸੈਨਸੀ ਉਨੀ ਚੀ ਹਾਲਤ ਰਨਾਰਤੀ ਯਾਨੀ ਕਿ ਰਸਤਾ ਤਾਂਗੇ ਇੱਕ ਟਾਈਮ ਦੇ ਵਿੱਚ ਸਿਰਫ ਇੱਕ ਹੀ ਗੱਡੀ ਗੁਜ਼ਰ ਸਕਦੀ ਹੈ ਤੇ ਰਸਤਾ ਹੋ ਗਿਆ ਤੰਗ ਇੱਕ ਟਾਈਮ 'ਚ ਇੱਕ ਹੀ ਗੱਡੀ ਗੁਜ਼ਰ ਸਕਦੀ ਏ ਦੋ ਗੱਡੀਆਂ ਇਤੋਂ ਨਹੀਂ ਗੁਜ਼ਰ ਸਕਦੀਆਂ ਤੇ ਇਹ ਵੀ ਜੀ ਦਿੱਲੀਤੋ ਦੀ ਪ੍ਰੈਸੀਡੈਂਟ ਜਿਹਦੇ ਸਾਹਮਣੇ ਇਹ ਵਾਲਾ ਸਾਈਨ ਹੁੰਦਾ ਨਾ ਪਹਿਲਾਂ ਉਹਦਾ ਜਾਣ ਦਾ ਹੱਕ ਹੁੰਦਾ ਹੈ ਦੂਸਰੀ ਗੱਡੀ ਨੇ ਰੁਕ ਜਾਣਾ ਜਿਹਦੇ ਸਾਹਮਣੇ ਇਹ ਸਾਈਨ ਆ ਗਿਆ ਪਹਿਲਾਂ ਉਹਦਾ ਹੱਕ ਏ ਤੇ ਦੂਸਰੀ ਗੱਡੀ ਰੋਕ ਜਾਣਾ ਪਿਛਲੇ ਲੈਸਨ ਦੇ ਵਿੱਚ ਅਸਾਂ ਇਹ ਵਾਲਾ ਕੀਤਾ ਸੀ ਇਹ ਵਾਲਾ ਨਾ ਦਾਰੇ ਪ੍ਰੇਚੇ ਦਿਨ ਦਾ ਨਹੀਂ ਸੈਨਸੀ ਹੋਣੀ ਚਾਹੀ ਹਾਲ ਤੇਰਾ ਨਾਤੀ ਪਿਛਲੇ ਲੈਸਨ ਚ ਕੀਤਾ ਸੀ ਦਾਰੇ ਪ੍ਰੇਚੇ ਦਿਨ ਦਾ ਸੈਨਸੀ ਹੋਣੀ ਚਾਹੀ ਹਾਲ ਤੇਰਾ ਨਾਤੀ ਇਹ ਕੀ ਸੀ ਕਿ ਰਸਤਾ ਤੰਗ ਹੋ ਗਿਆ ਤੇ ਜਿਹਦੇ ਅੱਗੇ ਇਹ ਵਾਲਾ ਸਾਈਨ ਆ ਗਿਆ ਉਹਨੇ ਕੀ ਕਰਨਾ ਹੈ ਉਹਨੇ ਸਟਾਪ ਕਰਨਾ ਹੈ ਉਤਨੀ ਦੇਰ ਤੱਕ ਜਿੰਨੀ ਦੇਰ ਤੱਕ ਇਧਰੋਂ ਆ ਜਿਹੜੀ ਗੱਡੀ ਹੈ ਇਹ ਗੁਜ਼ਰ ਨਾ ਜਾਵੇ ਇਹ ਸੀ ਦਾਰੇ ਪਰੇਚ ਦੇਨ ਦਾ ਹੁਣ ਕੀ ਹੈ ਅੱਜ ਅਸੀਂ ਕਰਨੇ ਆਂ ਫੇ ਦ੍ਰਿੱਤੋ ਦੀ ਪਰੇਚ ਦੇਨ ਦਾ ਨਹੀਂ ਸੈਨਸੀ ਹੋਣੀ ਚਾਹੀ ਹਾਲ ਤੇਰਾ ਨਾ ਆਤੀ ਵੇਖੋ ਐਸਾਈਡ ਦੇ ਉੱਤੇ ਐ ਸਾਈਨ ਆ ਗਿਆ ਐਸਾਈਡ ਤੇ ਐਸ ਗੱਡੀ ਸੁਰਖ ਗੱਡੀ ਅੱਗੇ ਦਾਰੇ ਪਰੇਚ ਦੇਨ ਦਾ ਸਾਈਨ ਆ ਗਿਆ ਕਿ ਤੂੰ ਰੁਕਣਾ ਔਰ ਹੱਕ ਦੇਣਾ ਤੇ ਜਿਹੜੀ ਐਸਾਈਡ ਤੋਂ ਗੱਡੀ ਆ ਰਹੀ ਹੈ ਨਾ ਉਹਦੇ ਅੱਗੇ ਐ ਸਾਈਨ ਆਉਂਦਾ ਪਿਆ ਦ੍ਰਿੱਤੋ ਦੀ ਪਰੇਚ ਦੇਨ ਦਾ ਯਾਨੀ ਕਿ ਤੇਰਾ ਵੇ ਸਿੱਧਾ ਜਾਣ ਦਾ ਹੱਕ ਏ ਤੂੰ ਰੁਕਣਾ ਨਹੀਂ ਹੈ ਤੂੰ ਸਿੱਧਾ ਗੁਜ਼ਰ ਜਾਣਾ ਤੇ ਅੱਜ ਅਸਾਂ ਗੱਲ ਕਰਨੀ ਏ ਜਿੰਦੇ ਅੱਗੇ ਇਹ ਸਾਈਨ ਆਈ ਜਾਣਾਵੇਂ ਦ੍ਰਿੱਤੋ ਦੀ ਪੂਰੇ ਚ ਦਿਨ ਜ਼ਿਆਦਾ ਯਾਨੀ ਕਿ ਰੋਡ ਤੰਗ ਹੋ ਗਿਆ ਤੁਸੀਂ ਰੋਡ ਤੇ ਪਹੁੰਚਦੇ ਹੋ ਰੋਡ ਹੋ ਗਿਆ ਤੰਗ ਜਿੰਦੇ ਅੱਗੇ ਚੌਰਸ ਪੱਟੀ ਇੱਕ ਸੁਰਖਤ ਇੱਕ ਸਫੇਦ ਤੇਰਾ ਆ ਗਿਆ ਇਹ ਵੀ ਪ੍ਰੇਚੇ ਦਿਨ ਜ਼ਿਆਦਾ ਹੈ ਯਾਦ ਰੱਖਣਾ ਹੈ ਪ੍ਰੇਚੇ ਦਿਨ ਜ਼ਿਆਦਾ ਸਾਈਨ ਹੈ ਇਹ ਦੋ ਚਾਰ ਕੰਫਿਊਜ਼ਨ ਆ ਜ਼ਿਹਨ ਚ ਰੱਖਣੀਆਂ ਨੇ ਇਹ ਵੀ ਪ੍ਰੇਚੇ ਦਿਨ ਜ਼ਿਆਦਾ ਸਾਈਨ ਹੈ ਜਿਹਦੇ ਅੱਗੇ ਇਹ ਸਾਈਨ ਆ ਗਿਆ ਉਹਨੇ ਕੀ ਕਰਨਾ ਹੈ ਅਗਰ ਰੋਡ ਤੰਗ ਹੈ ਨਾ ਤਾਂ ਉਹਦਾ ਮਤਲਬ ਹੈ ਵੀ ਤਿੰਨ ਰੁਕਣ ਦੀ ਜ਼ਰੂਰਤ ਕੋਈ ਨਹੀਂ ਭਈ ਤੁਸਾਂ ਸਿੱਧਿਆਂ ਲੰਘ ਜਾਣਾ ਤੇ ਇੱਕ ਸਾਈਡ ਤੇ ਇਹ ਸਾਈਨ ਆ ਜਾਂਦਾ ਹੈ ਜਿਹਦੇ ਅੱਗੇ ਗੋਲ ਕਾਲੀ ਤੇ ਸੁਰਖ ਸਟੀਰ ਆ ਗਿਆ ਉਹਦਾ ਮਤਲਬ ਹੈ ਕਿ ਉਹਨੇ ਰੁਕ ਜਾਣਾ ਉਨੇ ਪਹਿਲਾਂ ਰੋਡ ਵੇਖਣਾ ਹੈ ਅਗਰ ਤੇਦਰੋਂ ਕੋ ਗੱਡੀ ਕੋਈ ਵੀ ਨਹੀਂ ਤੇ ਫੇਰ ਉਹਨੇ ਜਾਣਾ ਜਿਸ ਤਰ੍ਹਾਂ ਤੁਹਾਨੂੰ ਮੈਂ ਪਿਛਲੇ ਲੈਸਨ 'ਚ ਵੀਡੀਓ ਵਹਾਈ ਸੀ ਇਹ ਦੋਵੇਂ ਸਾਈਨ ਪਰੇਚੇ ਦੇ ਨਾਲ ਜ਼ਿਆਦਾ ਸਾਈਨ ਨੇ ਲੇਕਿਨ ਇਹ ਸਾਈਨ ਦੇ ਵਿੱਚ ਹੁਣ ਸਫੇਦ ਗੱਡੀ ਵਾਲੇ ਨੂੰ ਹਾਕ ਕੇ ਗੁਜ਼ਰੰਦਾ ਲੇਕਿਨ ਇਹਦੇ 'ਚ ਵੀ ਕੁਝ ਕੰਮ ਨੇ ਜਿਹੜੀਆਂ ਚੀਜ਼ਾਂ ਦੇਖ ਕੇ ਯਾਦ ਰੱਖਣਾ ਇਹ ਨਹੀਂ ਕਿ ਹੁਣ ਸਫੇਦ ਗੱਡੀ ਆ ਰਹੀ ਏ ਇਹਦਾ ਹਾਕ ਕੇ ਸਪੀਡ ਨਾਲ ਹੀ ਗੁਜ਼ਰ ਜਾਏਗਾ ਪਹਿਲੇ ਨੰਬਰ ਤੋਂ 3 ਵੇਖਣਾ ਹੈ ਕਿ ਸਫੇਦ ਗੱਡੀ ਵਾਲੇ ਨੇ ਕਿ ਇਹ ਜਿਹੜੀ ਸੁਰਖ ਗੱਡੀ ਹੈ ਕੀ ਆ ਮੈਨੂੰ ਹੱਕ ਦੇ ਵੀ ਰਿਹਾ ਹੈ ਕਿ ਨਹੀਂ ਮਸਲਾ ਉਹ ਚੱਲਦਾ ਆ ਰਿਹਾ ਨੂੰ ਪਤਾ ਹੈ ਕਿ ਸੁਰਖ ਗੱਡੀ ਇੱਥੇ ਖਲੋਤੀ ਹੈ ਕਿ ਨਹੀਂ ਇਹ ਨਾ ਹੋਵੇ ਕਿ ਸੁਰਖ ਵੀ ਆਈਏ ਤੇ ਤੁਸੀਂ ਵੀ ਆ ਜੋ ਤੇ ਇੱਥੇ ਹਾਦਸਾ ਹੋ ਹੀ ਜਾਵੇ ਸਫੇਦ ਗੱਡੀ ਵਾਲੇ ਕੀ ਵੇਖਣਾ ਹੈ ਕਿ ਜਿਹੜੀ ਸਾਹਮਣੋਂ ਗੱਡੀ ਆ ਰਹੀ ਹੈ ਸਫੇਦ ਗੱਡੀ ਦੇ ਸਾਹਮਣੇ ਸੁਰਖ ਹੈ ਸੁਰਖ ਗੱਡੀ ਵਾਲਾ ਮੈਨੂੰ ਲੰਘਣ ਦੇ ਰਿਹਾ ਹੈ ਕਿ ਨਹੀਂ ਉਸ ਤੋਂ ਇਲਾਵਾ ਇਹਨਾਂ ਜਾਣਾ ਇਹ ਜੀ ਅੱਜ ਦਾ ਸਾਰਾ ਟਾਪਿਕ ਹੈ ਇਹ ਤੁਹਾਡ ਨੂੰ ਜ਼ੇਨ ਚ ਇਹ ਚੀਜ਼ ਹੁਣ ਬਾਲਣੀ ਚਾਹੀਦੀ ਏ ਇਹ ਵਾਲੀਆਂ ਦੋਵੇਂ ਤਸਵੀਰਾਂ ਨੇ ਇੱਕ ਪਾਸੇ ਇਹ ਹੋਣਾ ਇਹ ਵੀ ਤਸਵੀਰ ਵੇਖ ਲਓ ਤੁਸੀਂ ਇਹ ਬਦਾਰੇ ਪਰੇਚ ਦੇਨ ਜ਼ਿਆਦਾ ਇਨ ਇੱਥੇ ਰੁਕ ਜਾਣਾ ਐ ਇਹ ਜਿਹੜੀਆਂ ਇਧਰੋਂ ਆ ਰਹੀਆਂ ਨੇ ਨਾ ਇਹ ਦ੍ਰਿਤੋ ਦੀ ਪਰੇਚ ਦੇਨ ਜ਼ਾ ਯਾਨੀ ਇਹਨਾਂ ਨੂੰ ਸਿੱਧੇ ਅੰਜਾਂ ਦਾ ਹੱਕ ਕੇ ਇਸ ਗੱਡੀ ਨੇ ਉਦੋਂ ਗੁਜ਼ਰਨਾ ਐ ਇਹ ਜਿਹੜੀ ਗੱਡੀ ਜਿਹਦੇ ਅੱਗੇ ਮੈਂ ਸਟਾਪ ਲੇਿਆ ਜਦੋਂ ਇਹ ਰੋਡ ਖਾਲੀ ਹੋਈ ਜਾਣਾ ਮੈਂ ਕਿਉਂਕਿ ਇਹਦੇ ਅੱਗੇ ਦਾਰੇ ਪ੍ਰੇਚੇ ਦੇਨ ਜ਼ਿਆਦਾ ਤੇ ਇਹਨਾਂ ਦੇ ਅੱਗੇ ਇਹ ਵਾਲਾ ਸਾਈਨ ਹੈ ਦਿੱਤੋ ਦੀ ਪ੍ਰੇਚੇ ਦੇਨ ਜ਼ਿਆਦਾ ਲੈਸ ਸਵਾਲ ਨੰਬਰ 1 ਅਸੀਂ ਸ਼ੁਰੂ ਕਰਨੇ ਆ ਇਨ ਪ੍ਰੈਜ਼ੈਂਸ ਅਦਲ ਸਿਨਿਆਲ ਰਾਫੀ ਗਰਾ ਤੋਂ ਦਿਖਾਏਗੇ ਸਿਗਨਲ ਦੀ ਮੌਜੂਦਗੀ ਵਿੱਚ ਦਬਿਆਮੋ ਆਚਰ ਤਾਰ ਸੀ ਸਾਨੂੰ ਯਕੀਨ ਕਰਨਾ ਹੋਵੇਗਾ ਹਮੇ ਯਕੀਨ ਕਰਨਾ ਹੋਗਾ ਕਿ ਇਹ ਵਹੀ ਕੋਲੀ ਪ੍ਰੋਵੈਨੈਂਟ ਕਿ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਦਲ ਸੈਨਸੋਕੁੰਤਰਾਰਿਓ ਮੁਖਾਲਫ ਸਾਈਡ ਤੋਂ ਚੀ ਦਾਨ ਵਾਲਾ ਪ੍ਰੇਚ ਦਿਨ ਦਾ ਕਿ ਕੀ ਉਹ ਹੱਕ ਦੇ ਰਹੀਆਂ ਨੇ ਵਿਰੋਹ ਹੋ ਗਿਆ ਯਾਨੀ ਕਿ ਜਿਹੜੀਆਂ ਗੱਡੀਆਂ ਮੁਖਾਲਫ ਸਾਈਡ ਤੋਂ ਆ ਰਹੀਆਂ ਨੇ ਯਾਨੀ ਕਿ ਅ ਜਿਹੜੀ ਸੁਰਖ ਗੱਡੀ ਏ ਸਫੇਦ ਗੱਡੀ ਵਾਲੇ ਨੂੰ ਵੰਦ ਆ ਪਿਆ ਦੁਬਿਆਮੋ ਆਚਰਤਾਰ ਸੀ ਕਿ ਸਾਨੂੰ ਯਕੀਨ ਕਰਨਾ ਹੋਵੇਗਾ ਕਿ ਵੇਹੀ ਕੋਲੀ ਪ੍ਰੋਵੇਨਿਐਂਟੀ ਕਿ ਜਿਹੜੀ ਗੱਡੀ ਆ ਰਹੀ ਏ ਦਲ ਸੈਨਸੋ ਕੁੰਤਰਾਰਿਓ ਮੁਖਾਲਫ ਸਾਈਡ ਤੋਂ ਯਾਨੀ ਕਿ ਸੁਰਖ ਗੱਡੀ ਚੀਤ ਧਨੁਲਾ ਪ੍ਰੇਚ ਦੇਣ ਦਾ ਕਿ ਕੀ ਆ ਇਹ ਸਾਨੂੰ ਹੱਕ ਦੇਵੇਗਾ ਸਾਨੂੰ ਲੰਘਣ ਦੇਵੇਗਾ ਤੇ ਸਵਾਲ ਵੇਰ ਹੋਵੇ ਅਗਰ ਸਾਡੇ ਸਾਹਮਣੇ ਇਹ ਸਾਈਨ ਆ ਗਿਆ ਤਾਂ ਅਸਾਂ ਕੀ ਵੇਖਣਾ ਹੈ ਕਿ ਸਾਡੇ ਸਾਹਮਣੇ ਜਿਹੜੀ ਮੁਖਾਲਫ ਸਾਈਡ ਤੋਂ ਸੁਰਖ ਗੱਡੀ ਆ ਰਹੀ ਏ ਕੀ ਆ ਇਹ ਸਾਨੂੰ ਹੱਕ ਦੇ ਵੀ ਰਿਹਾ ਹੈ ਯਾ ਇਹਦਾ ਇਰਾਦਾ ਹੱਕ ਦੇਣ ਦਾ ਨਹੀਂ ਮਸਲਾ ਨੇ ਇਹਦਾ ਇਰਾਦਾ ਕਿ ਮੈਂ ਜਲਦੀ ਨਾਲ ਲੰਘ ਜਾਵਾਂ ਤੇ ਇਹ ਸਾਨੂੰ ਯਕੀਨ ਕਰਨਾ ਹੈ ਇਹ ਨਹੀਂ ਕਿ ਸਾਡਾ ਹੱਕ ਕਿ ਤੇ ਅਸੀਂ ਸਿੱਧੇ ਆਈ ਜਾਈਏ ਕਿ ਹੁਣ ਸਾਡਾ ਹੱਕ ਕਿ ਸਾਨੂੰ ਕਿਨੇ ਰੋਕਣੇ ਨਹੀਂ ਤੁਸੀਂ ਵੇਖਣਾ ਕਿ ਜਿਹੜੀ ਮੁਖਾਲਫ ਸਾਈਡ ਤੇ ਗੱਡੀ ਏ ਚੀ ਦਾਨੋ ਲਾ ਪਰੇਚੇ ਦਿਨ ਦਾ ਉਹ ਸਾਨੂੰ ਹੱਕ ਦੇ ਵੀ ਰਿਹਾ ਜਾਂ ਨਹੀਂ ਦੇ ਰਿਹਾ ਤੇ ਹਾਲ ਸਿੱਧੂ ਬਚਣ ਆਸ ਤੇ ਤੁਸੀਂ ਖਿਆਲ ਰੱਖਣਾ ਸਵਾਲ ਨੰਬਰ 2 ਇਨ ਪ੍ਰੈਜ਼ੈਂਸਾ ਦੇ ਸਿਨੇਆਲ ਰਾ ਫਿਗਰਾ ਤੋਂ ਦਿਖਾਏ ਗਏ ਸਿਗਨਲ ਦੀ ਮੌਜੂਦਗੀ ਵਿੱਚ ਪੋਸੀਆਮੋ ਪੈਰ ਕਰੋਰੇ ਲਾ ਸਤਰਤੋਇਆ ਸਾਨੂੰ ਚੱਲਣਾ ਹੋਏਗਾ ਤੰਗੀ ਦੇ ਵਿੱਚ ਦੋਪੋ ਇਜ਼ਰ ਚੀ ਆਸੀ ਕਰਵਾ ਤੋ ਐ ਯਕੀਨ ਕਰਨ ਤੋਂ ਬਾਅਦ ਦੀ ਅਵੇਰ ਉਤੇ ਨੋ ਤੋਲਾ ਪ੍ਰੇਚ ਦੇਨ ਜਾ ਕਿ ਅਸੀਂ ਆਪਣਾ ਹੱਕ ਰੱਖਨੇ ਆ ਯਾਕਨੀ ਕਿ ਅਸੀਂ ਲੰਘ ਜਾਵਾਂਗੇ ਵਿੱਚੋਂ ਅੰਦਰ ਦਿਖਾਏਗੇ ਸਿਗਨਲ ਦੀ ਮੌਜੂਦਗੀ ਵਿੱਚ ਅਸਾਂ ਤੰਗੀ ਚ ਉਦੋਂ ਚੱਲਣਾ ਜਦੋਂ ਸਾਨੂੰ ਯਕੀਨ ਆਈਏ ਕਿ ਅਸੀਂ ਵਈ ਹੁਣ ਹੱਕ ਰੱਖਨੇ ਆ ਦੀ ਅਵੇਰ ਉੱਤੇ ਨੁਤਲਾ ਪਰਿਚ ਦੇ ਇਨਜ਼ਾ ਔਰ ਅਸੀਂ ਲੰਘ ਜਾਵਾਂਗੇ ਵੇਰ ਹੋ ਗਿਆ ਪੁਸਯਮ ਪਰ ਕੋਰੇਲੇ ਸੇਤਰਤੋਆ ਹਨੂ ਚੱਲਣਾ ਅਸਾਂ ਅਸੀਂ ਚੱਲਾਂਗੇ ਸੇਤਰਤੋਆ ਤੰਗੀ ਦੇ ਵਿੱਚ ਦੋਪੋ ਇਜ਼ਰ ਚ ਯਾਸੀਰ ਕਰਾਤੀ ਐ ਯਕੀਨ ਕਰਨ ਤੋਂ ਬਾਅਦ ਦੀ ਆਵਿਰ ਉਤਨ ਉਤਲਾ ਪ੍ਰੇਚ ਦੇਨ ਜਾ ਕਿ ਅਸੀਂ ਹੱਕ ਰੱਖਨੇ ਆ ਤਿੰਨ ਇਨ ਪ੍ਰੈਜ਼ੈਂਸਾ ਦੇ ਸਿਗਨਲ ਲਾਫੀ ਗੁਰਾਦੋ ਦਿਖਾਏ ਕਿ ਸਿਗਨਲ ਦੀ ਮਜ਼ੂਰਦੀ ਵਿੱਚ ਦਬਿਆਮੋ ਪ੍ਰੋਚੇਦੇਰ ਕਨ ਕਾਉ ਤੇ ਲਾ ਦਬਿਆਮੋ ਪ੍ਰੋਚੇਦੇਰ ਹਮੇ ਚਲਨਾ ਹੋਗਾ ਕਨ ਕਾਉ ਤੇਲਾ ਇhtਿਆਤ ਦੇ ਨਾਲ ਅੰਕੇ ਫੇਰ ਵੀ ਸੇ ਅਗਰ ਅਬਿਆਮੋ ਲਾ ਪ੍ਰੇਚ ਦੇਨ ਜਾ ਕਿ ਅਸੀਂ ਹੱਕ ਰੱਖਨੇ ਆ ਦਿਖਾਏਗੇ ਸਿਗਨਲ ਦੀ ਮੌਜੂਦਗੀ ਦੇ ਵਿੱਚ ਸਾਨੂੰ ਚੱਲਣਾ ਹੋਵੇਗਾ ਇhtiyat ਦੇ ਨਾਲ ਫੇਰ ਵੀ ਭਾਵੇਂ ਅਸੀਂ ਹੱਕ ਰੱਖਨੇ ਆਂ ਵਿਰੋਹ ਹੋ ਗਿਆ ਸਵਾਲ ਅਬ ਬਿਆਮੋ ਲਪਰੇਚ ਦੇ ਇਨਜ਼ਾ ਹਮ ਹੱਕ ਰਖਤੇ ਹੈ ਦੁਬਿਆਮੋ ਹਮੇ ਕਰਨਾ ਹੋਗਾ ਪੋਸੀਆਮੋ ਪੈਰ ਕੋਰੇਰੇ ਲਸੇ ਤਰੇ ਤੋਆ ਹਮੇ ਅਸਾਂ ਚੱਲਣਾ ਹੈ ਤੰਗੀ ਦੇ ਵਿੱਚ ਇਹ ਸਿਰਫ ਦੁਬਿਆਮੋ ਪੋਸੀਆਮੋ ਬਿਆਮੋ ਮਤਲਬ ਇਹਨਾਂ ਚੀਜ਼ਾਂ ਨੂੰ ਆਪਨਾ ਪਰੇਸ਼ਾਨ ਨਹੀਂ ਹੋਣਾ ਇਨ ਪ੍ਰੈਜ਼ੈਂਸ ਅਦਲ ਸਨੇਹਾਲਾ ਰਾਫੀ ਗੁਰਾਦੋ ਦਿਖਾਏਗੇ ਸਿਗਨਲ ਦੀ ਮਜਬੂਤੀ ਦੇ ਵਿੱਚ ਸੇਪੋ ਪਰ ਕੋਰੇਰੈਸ ਅਹੀ ਹਮੇ ਅਸੀਂ ਚੱਲਾਂਗੇ ਲਾਸਿਤਰੇ ਤੋਇਆ ਤੰਗੀ ਦੇ ਵਿੱਚ ਆਚਿਰ ਤੰਦੋਜ਼ੀ ਦੀ ਅਵੇਰ ਅਵੂਤੋ ਲਾ ਪ੍ਰੇਚੇ ਦਿਨਜ਼ਾਦੀ ਵਹੀਕਲ ਪ੍ਰੋਵਿਨੈਂਟ ਦੀ ਫ੍ਰਾਂਤੀ ਐ ਯਕੀਨ ਕਰਨ ਤੋਂ ਬਾਅਦ ਕਿ ਅਸੀਂ ਹੱਕ ਰੱਖਨੇ ਆ ਦਾਈ ਵਹੀਕਲੀ ਉਹ ਗੱਡੀਆਂ ਤੇ ਪ੍ਰੋਵਿਨੈਂਟੀ ਦਾ ਫਰੰਟ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਯਾਨੀ ਦਿਖਾਇਗੇ ਸਿਗਨਲ ਦੀ ਮੌਜੂਦਗੀ ਵਿੱਚ ਸਿਪੋ ਪਰਕਰੋਇਰੇ ਅਸੀਂ ਚੱਲਾਂਗੇ ਪਲਾਸਤਰਤ ਹੋਇਆ ਤੰਗੀ ਦੇ ਵਿੱਚ ਆਚਰ ਤੰਦੋਜ਼ੀ ਯਕੀਨ ਕਰਨ ਤੋਂ ਬਾਅਦ ਦੀ ਅਵੇਰ ਅਵੂਤੋਲਾ ਪ੍ਰੇਸੀਡੈਂਜ਼ਾ ਕਿ ਭਈ ਅਸੀਂ ਉਹ ਹੱਕ ਰੱਖਨੇ ਆ ਦਾਈ ਵਹੀਕਲੀ ਉਹ ਗੱਡੀਆਂ ਤੇ ਪ੍ਰੋਵਿਨੈਂਟੀ ਦਾ ਫਰੰਟ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਯਾਨੀ ਕਿ ਅਸਾਂ ਪਹਿਲਾਂ ਇਹ ਯਕੀਨ ਕਰ ਲਾਂਗੇ ਕਿ ਅਸੀਂ ਲੰਘ ਜਾਾਂਗੇ ਤੇ ਫਿਰ ਅਸਾਂ ਚੱਲਣਾ ਹੈ ਪੰਜ ਇਨ ਪ੍ਰੈਜ਼ੈਂਸ ਆ ਦੇਲ ਸਿਨੈਲ ਲਾ ਫਿਕਰ ਆ ਦਿਖਾਏਗੇ ਸਿਗਨਲ ਦੀ ਮੌਜੂਦਗੀ ਵਿੱਚ ਸੀ ਦੇਵੇ ਜ਼ਰੂਰੀ ਹੈ ਦਾਰੇ ਲਾ ਪਰੇ ਚ ਦਿਨ ਦਾ ਹੱਕ ਦਈਏ ਆਈ ਵਹੀ ਕੁਲੀ ਉਹ ਗੱਡੀਆਂ ਪ੍ਰੋਵੇਨਿੰਗ ਉਹਨੋਂ ਜਿਹੜੀਆਂ ਆ ਰਹੀਆਂ ਨੇ ਦਲ ਸੈਂਸ ਆ ਪੋਸਟਮ ਖਾਲਸ ਸਾਈਡ ਤੋਂ ਫਾਲਸ ਹੁਣ ਫਾਲਸੋ ਕਿਉਂ ਹੋਇਆ ਸਵਾਲ ਆਂਦਾ ਪਿਆ ਕਿ ਇਹ ਸਾਈਨ ਆ ਗਿਆ ਤੁਸਾਂ ਕੀ ਕਰਨਾ ਹੈ ਤੁਸਾਂ ਰੁਕ ਜਾਣਾ ਯਾਨੀ ਕਿ ਐ ਸਫੇਦ ਗੱਡੀ ਨੇ ਇੱਥੇ ਸਟਾਪ ਕਰਨਾ ਹੈ ਐ ਸਫੇਦ ਗੱਡੀ ਇੱਥੇ ਸਟਾਪ ਕਰਨਾ ਹੈ ਤੇ ਤੁਸਾਂ ਸੁਰਖ ਗੱਡੀ ਨੂੰ ਹੱਕ ਦੇਣਾ ਯਾਨੀ ਕਿ ਪਹਿਲਾਂ ਸੁਰਖ ਲੰਗੇਗੀ ਫਿਰ ਤੁਸੀਂ ਲੰਗੇਗੀ ਤੁਹਾਡੇ ਸਾਹਮਣੇ ਇਹ ਵਾਲਾ ਸਾਈਨ ਹੈ ਤੇ ਤੁਸਾਂ ਸਟਾਪ ਕਰਨਾ ਤੇ ਸੁਰਖ ਗੱਡੀ ਪਹਿਲੇ ਲੰਗੇਗੀ ਤੇ ਫਾਲਸੋ ਫਾਲਸ ਹੋ ਕਿਉਂ ਹੈ ਕਿਉਂਕਿ ਸੁਰਖ ਗੱਡੀ ਦੇ ਸਾਹਮਣੇ ਦਾਰੇ ਪ੍ਰੇਚ ਦਿਨ ਜਿਆਦਾ ਸਾਈਨ ਹੈ ਇੰਨੇ ਸਟਾਪ ਕਰਨਾ ਹੈ ਇਹ ਸਾਈਨ ਹੈ ਦ੍ਰਿਤੋ ਦੀ ਪ੍ਰੇਚ ਦਿਨ ਜਾ ਨਹੀਂ ਸੈਂਸੀ ਹੋਣੀ ਚਾਹੀਦੀ ਹਾਲ ਤੇ ਨਾਤੀ ਕਿ ਤੰਗੀ ਦੇ ਚ ਸਫੇਦ ਗੱਡੀ ਦੇ ਸਾਹਮਣੇ ਆਇਆ ਸਾਈਨ ਅਗਰ ਆ ਗਿਆ ਤੇ ਇਹਦਾ ਸਿੱਧਾ ਜਾਣਦਾ ਹੈ ਕਿ ਇਸ ਲਈ ਸਵਾਲ ਫਾਲਸ ਹੋ ਗਿਆ ਫਿਰ ਇੱਕ ਵਾਰੀ ਪੰਜਵਾਂ ਸਵਾਲ ਦਿਖਾਏਗੇ ਸਿਗਨਲ ਦੀ ਮੌਜੂਦਗੀ ਵਿੱਚ ਜ਼ਰੂਰੀ ਏ ਹੱਕ ਦਵੋ ਉਹਨਾਂ ਗੱਡੀਆਂ ਨੂੰ ਜਿਹੜੀਆਂ ਸਾਹਮਣੇ ਤੋਂ ਆ ਰਹੀਆਂ ਨੇ ਫਾਲਸੋਚੇ ਇਹਨਾਂ ਪ੍ਰੈਜ਼ੈਂਸਾ ਦੇ ਲਸਨੇ ਵਾਲੇ ਰਾਫੀ ਗੁਰਾਤੋ ਦਿਖਾਏਗੇ ਸਿਗਨਲ ਦੀ ਮੌਜੂਦਗੀ ਵਿੱਚ ਪੁਸਿਆਮੋ ਪ੍ਰੋਚੇ ਦੇ ਰੈਸੈਂਸਾ ਕੌਤੇਲਾ ਸਾਨੂੰ ਚੱਲਣਾ ਹੋਵੇਗਾ ਬਗੈਰ ਇhtਿਆਤ ਤੋਂ ਦਾਤੋ ਕੇ ਬਿਆਮੋ ਦੇ ਤੋ ਦੇ ਚ ਦਿਨਸ ਕਿਉਂਕਿ ਅਸੀਂ ਰੱਖਨੇ ਆ ਸਿੱਧਿਆਂ ਜਾਣ ਦਾ ਹੱਕ ਪੁਸਿਆਮੋ ਪ੍ਰੋਚੇ ਦੇ ਰੇ ਸਾਨੂੰ ਚੱਲਣਾ ਹੋਵੇਗਾ ਸੈਨਸਾ ਕਾਉਤੇਲਾ ਬਗੈਰ ਇhtਿਆਤ ਤੋਂ ਹੁਣ ਉੱਤੇ ਅਸੀਂ ਸਵਾਲ ਕਿਹਾ ਵੇਖ ਕੇ ਆਏ ਸਾਂ ਕੌਨ ਕਾਉਤੇਲਾ ਕੇ ਇhtਿਆਤ ਨਾਲ ਚੱਲਣਾ ਹੋਵੇਗਾ ਅਸੀਂ ਚੱਲਾਂਗੇ ਪਸਿਆਮੋ ਪਰਚੇਦਰੇ ਅਸੀਂ ਚੱਲਾਂਗੇ ਅਸੀਂ ਜਾਵਾਂਗੇ ਤੰਗ ਰਸਤੇ 'ਚ ਸੈਨਸਾ ਕਾਉਤੇਲਾ ਬਗੈਰ ਇhtਿਆਤ ਤੋਂ ਇੱਥੇ ਭਿਆੰਦਾ ਦੋਬੇ ਆਮੋ ਪ੍ਰੋਸੀਡਰੇ ਸਾਨੂੰ ਚੱਲਣਾ ਹੋਵੇਗਾ ਕੁੰਨ ਕਉ ਤੇਲਾ ਫੁੱਲ ਇhtਿਆਤ ਨਾਲ ਤੇ ਇਹ ਸਵਾਲ ਵੇਰ ਹੋਵੇ ਤੇ ਇਹ ਸਵਾਲ ਫਾਲਸ ਹੋਵੇ ਸੈਨਸਾ ਕਉ ਤੇਲਾ ਕੇ ਬਗੈਰ ਇhtਿਆਤ ਨਾਲ ਦਾਤੋ ਕੇ ਭਿਆਮੋ ਇਲ ਦ੍ਰਿੱਤੋ ਦੀ ਪ੍ਰੇਸੀਡੈਂਸ ਕਿਉਂਕਿ ਅਸੀਂ ਸਿੱਧਿਆਂ ਜਾਣ ਦਾ ਹੱਕ ਰੱਖਨੇ ਆ ਫਾਲਸ ਹੋ ਗਿਆ 7 ਇਨ ਪ੍ਰੈਜ਼ੈਂਸ ਸਾਦਲ ਸਿੰਘ ਵਾਲੇ ਰਾਫੀ ਗਰਾਹ ਤੋਂ ਦਿਖਾਏਗੇ ਸਿਗਨਲ ਦੀ ਮਜੋਦੀ ਵਿੱਚ ਨੋਨ ਵੀ ਸੋਨੋ ਭਾਰਤੀ ਕੁਲਾਰੀ ਹੋਬਲੀ ਸਾਡੇ ਉੱਤੇ ਕੋਈ ਖਾਸ ਲਾਜ਼ਮੀ ਨਹੀਂ ਫਿਰਕੇ ਕਿਉਂਕਿ ਸਿਆਮੋ ਹਮ 197 ਦਾ ਸੈਨਸਾ 190 ਕਿਉਂਕਿ ਅਸੀਂ 1 ਕਰੋੜ ਤੇ ਹਾਂ ਜਿਹੜਾ ਸੈਨਸਾ ਨਹੀਂ ਕੋਵੇ ਸਿਰਫ ਜਾਣ ਵਾਲਾ ਸਿਰਫ 92 ਰੋਡ ਫਾਲਸ ਹੋ ਗਿਆ ਸੈਨਸਾਉਨੀ ਕੋ ਨਹੀਂ ਆਵੀ ਯਾਦ ਰੱਖਣਾ ਸੈਨਸਾਉਨੀ ਕੋ ਨਹੀਂ ਆਇਆ ਤੰਗ ਰਸਤਾ ਸੈਨਸਾਉਨੀ ਕੋ ਜਿਹੜਾ 1 ਵੇ ਹੁੰਦਾ ਹੈ ਇਹ ਜਾਣ ਵਾਲਾ ਹੁੰਦਾ ਹੈ ਯਾਉਣ ਵਾਲਾ ਹੁੰਦਾ ਹੈ 8 ਇਨ ਪ੍ਰੈਜ਼ੈਂਸ ਆਦਲ ਸੁਣਿਆ ਵਾਲਾ ਫਿਗਰ ਆਦੋ ਦਿਖਾਏਗੇ ਸਿਗਨਲ ਦੀ ਮਜੋਦੀ ਵਿੱਚ ਇਨੀਸ਼ੀਆ ਇਲ ਸ਼ੁਰੂ ਹੋ ਗਿਆ ਦੋਪੋ ਸੈਨਸ ਦੀ ਸਰਕੂਲੇਸ਼ਨ ਦੋ ਤਰਫਾ ਰੋਡ ਸ਼ੁਰੂ ਹੋ ਗਿਆ ਅੰਦਰ ਦਿਖਾਏਗੇ ਸਿਗਨਲ ਦੀ ਮਜੋਦੀ ਵਿੱਚ ਇਨੀਸ਼ੀਆ ਸ਼ੁਰੂ ਹੋ ਗਿਆ ਇਲ ਦੋਪੀਓ ਸੈਂਸੋ ਦੀ ਸਰਕੂਲੇਸ਼ਨ ਉਹਨੇ ਦੋ ਤਰਫਾ ਰੋਡ ਫਾਲਸੋ ਇਹ ਦੋ ਤਰਫਾ ਰੋਡ ਸ਼ੁਰੂ ਨਹੀਂ ਹੋਇਆ ਯਾਨੀ ਕਿ ਸਵਾਲ ਦਾ ਮਤਲਬ ਕੀ ਹੈ ਕਿ ਪਹਿਲਾਂ ਇੰਜ 1 ਤਰਫਾ 1 ਵੇ ਰੋਡ ਸੀ ਤੇ ਅਗਰ ਇੱਥੇ ਇਹ ਸਾਈਨ ਆ ਗਿਆ ਨਾ ਇਹ ਵਾਲਾ ਤੇ ਅਗੋਂ ਰੋਡ ਦੋ ਤਰਫਾ ਸ਼ੁਰੂ ਹੋ ਗਿਆ ਜਾਨ ਵਾਲਾ ਵੀ ਤੇ ਆਉਣ ਵਾਲਾ ਵੀ ਦੋਪੀਓ ਸੈਂਸੋ ਤੇ ਇਹ ਤੁਹਾਨੂੰ ਪਤਾ ਹੈ ਕਿ ਇਹ ਦ੍ਰਿਤੋ ਦੀ ਪ੍ਰੇਚੀ ਦੇ ਅੰਦਰ ਨਹੀਂ ਸਾਇੰਸੀ ਉਹਨੇ ਚਿਆਲ ਤੇ ਨਾਤੀ ਦਾ ਨੌ ਇਨ ਪ੍ਰੈਜ਼ੈਂਸ ਆ ਦਿਲ ਸਿਨੇ ਆਲੇ ਲਾ ਫਿਗਰੋ ਆਦੋ ਦਿਖਾਏ ਗਏ ਸਿਗਨਲ ਦੀ ਮੌਜੂਦਗੀ ਵਿੱਚ ਸੀ ਦੇ ਵੇ ਜ਼ਰੂਰੀ ਹੈ ਉਜ਼ਾਰੇ ਇਸਤੇਮਾਲ ਕਰੋ ਪਰ ਉਹਦੇ ਨਜ਼ਾ ਇhtiyat ਨੇਲਾ ਸਿਤਰੇ ਤੋਇਆ ਤੰਗੀ ਵਿੱਚ ਪਿਰ ਕੇ ਕਿਉਂਕਿ ਲਾ ਚਿਰਕੁਲਾਸੀਓਨ ਚਲਣਾ ਸੀ ਜ਼ਵੋਲ ਜੇ ਦੋ ਪ੍ਰੋਸੈਂਸ ਹੋ ਦਿਖਾਏ ਗਏ ਸਿਗਨਲ ਦੀ ਮੌਜੂਦਗੀ ਵਿੱਚ ਜ਼ਰੂਰੀ ਹੈ ਇhtiyat ਕਰੋ ਤੰਗੀ ਦੇ ਵਿੱਚ ਕਿਉਂਕਿ ਚਲਣਾ ਸੀ ਇਸਵਾਲ ਜਾਂ ਦੋਪੀਓ ਸੈਂਸੋ ਕਿਉਂਕਿ ਜੀ ਦੋ ਤਰਫਾ ਰੋੜ ਹੈ ਤੰਗੀ ਏ ਕਹਿ ਰਿਹਾ ਕਿ ਰੋੜ ਤੇ ਆ ਗਿਆ ਤੰਗ ਹੂੰ ਤੇ ਇhtiyat ਨਾਲ ਚੱਲੋ ਕਿਉਂਕਿ ਦੋਪੀਓ ਸੈਂਸੋ ਵੀ ਇੱਥੋਂ ਗੱਡੀਆਂ ਜਾਣੀਆਂ ਵੀ ਨੇ ਤੇ ਗੱਡੀਆਂ ਆਉਣੀਆਂ ਵੀ ਨੇ ਤੇ ਫਾਲਸ ਹੋਵੇ ਸਵਾਲ 10 ਇਲ ਸੁਨੇਹਾਲੇ ਰਾਫੀ ਗਰਾਦ ਦਿਖਾਇਆ ਗਿਆ ਸਿਗਨਲ ਪਰ ਨੌਨ ਚਾਗਾ ਕਰਦਾ ਇਲ ਦੀ ਵਿਅਤ ਤੋਂ ਦੀ ਇਨਵਰਸਿਓਨ ਦੀ ਮਾਰਚਾ ਦਿਖਾਇਆ ਗਿਆ ਸਿਗਨਲ ਅਗਾਹ ਪੇ ਕਰਦਾ ਕਿ ਇਨਵਰਸਿਓਨ ਦੀ ਮਾਰਚਾ ਮਨਾ ਹੈ ਯੂ ਟਰਨ ਮਨਾ ਤੇ ਵੇਖ ਕੇ ਆਏ ਆ ਐਂਦੀ ਵਿਏ ਤੋਂ ਦਾ ਪਹਿਲੇ ਨੰਬਰ ਦੇ ਉੱਤੇ ਐਂਦੀ ਵਿਏ ਤੋਂ ਦਾ ਸਾਈਨ ਨਹੀਂ ਹੈ ਦੀ ਵਿਏ ਤੋਂ ਦਾ ਚੈਪਟਰ ਨੰਬਰ 3 ਅਸੀਂ ਪੜ ਕੇ ਆਏ ਆ ਉਹਦੇ ਗੋਲ ਸਾਈਨ ਨੇ ਸਾਰੇ ਪਰ ਇਹ ਵਾਲਾ ਜ਼ਿਹਨ ਚ ਰੱਖਣਾ ਐ ਪ੍ਰੇਚ ਦਿਨ ਜ਼ਿਆਦਾ ਸਿਗਨਲ ਦੀ ਵਿਏ ਤੋਂ ਦਾ ਨਹੀਂ ਕਹਿ ਰਿਹਾ ਕਿ ਦੀ ਵਿਏ ਤੋਂ ਵੇ ਇਨਵਰਸਿਓਨ ਦੀ ਮਾਰਚਾ 11 ਇਲਸਨੀ ਵਾਲਾ ਫਿਗਰ ਆ ਦੇ ਪਰ ਨੋਂ ਚੈਲ ਦੀ ਵੀਅਟ ਤੋਂ ਦੀਸੋਲਤਾ ਦਿਖਾਇਆ ਗਿਆ ਸਿਗਨਲ ਅਗਾਹ ਪੈ ਕਰਦਾ ਮਨ ਐ ਮੋਰਨਾ ਫਾਲਸੋ ਫੇਰ ਹੋਈ ਗੱਲ ਆ ਗਈ ਕਿ ਇਹ ਦੀ ਵੀਅਟ ਤੋਂ ਦਾ ਸਿਗਨਲ ਨਹੀਂ ਇਹ ਗੱਲ ਜ਼ਿਹਨ ਚ ਰੱਖਣੀ ਹੈ ਇਹ ਵੀ ਦੀ ਵੀਅਟ ਤੋਂ ਦਾ ਸਿਗਨਲ ਨਹੀਂ ਇਹ ਵੀ ਦੀ ਵੀਅਟ ਤੋਂ ਦੇ ਸਿਗਨਲ ਨਹੀਂ ਹੈ 246 ਨੰਬਰ ਪੇਜ ਕਮਪੋਰਟਾ ਮੈਂਤੀ ਰਵਈਆ ਕੋਨ ਸੀ ਨਿਯਾਲੇ ਦੀ ਦ੍ਰਿਤਿ ਤੋਂ ਦੀ ਪ੍ਰੇਚੇ ਦੇਨ ਜਾ ਦ੍ਰਿਤਿ ਤੋਂ ਦੀ ਪ੍ਰੇਚੇ ਦੇਨ ਜਾ ਦੇ ਵਿੱਚ ਤੁਹਾਡਾ ਰਵਈਆ ਨਹੀਂ ਸੈਨਸੀ ਹੋਣੀ ਚਾਹੀਦੀ ਹਾਲ ਤੇਰਾ ਨਾਤੀ ਸੈਨਸਾ ਹੋਣੀ ਕੋ ਹਾਲ ਤੇਰਾ ਨਾਤੀ ਦੇ ਵਿੱਚ ਸਿਮਾਫਰੋ ਐ ਵਿਜੀਲੇ ਜਦੋਂ ਇਸ਼ਾਰਾ ਜਾਂ ਪੁਲਿਸ ਵਾਲਾ ਖਲੋਤਾ ਹੈ ਤੇ ਤੁਹਾਡਾ ਰਵਈਆ ਕਿੰਜ ਦਾ ਹੋਣਾ ਚਾਹੀਦਾ ਹੈ ਸਵਾਲ ਨੰਬਰ 1 ਇਨ ਪ੍ਰੈਜ਼ੈਂਸ ਸਦ ਸਿਨਿਆਲੇ ਲਾ ਫਿਗਰਾਤੋ ਦਿਖਾਏ ਗਏ ਸਿਗਨਲ ਦੀ ਮੌਜੂਦਗੀ ਵਿੱਚ ਇਹ ਦਿਲ ਸਿਮਾਫਰੋ ਇਸ਼ਾਰਾ ਅਤ੍ਰੈ ਲੋਚੀ ਤਿੰਨ ਲਾਈਟਾਂ ਅਬਿਆਮੋਲਾ ਪ੍ਰੇਚੇ ਦਿਨ ਦਾ ਅਸੀਂ ਹੱਕ ਰੱਖਨੇ ਆ 6 ਅਗਰ ਇਲ ਸੇ ਮਾਫਰੋ ਇਸ਼ਾਰਾ ਏ ਹੈ ਅਲੂਚੇ ਵੇਰਦੇ ਉਹਦੀ ਸਬਜ਼ ਲਾਈਟ ਹੈ ਦਿਖਾਏਗੇ ਸਿਗਨਲ ਦੀ ਮੌਜੂਦਗੀ ਵਿੱਚ ਅਗਰ ਇਹ ਸਿਗਨਲ ਲੱਗਾ ਹੈ ਇਹ ਵਾਲਾ ਇਹ ਵਾਲਾ ਇਸ ਸਾਈਨ ਹੈ ਤੇ ਇਸ਼ਾਰਾ ਲੱਗਾ ਹੈ ਤਿੰਨ ਲਾਈਟਾਂ ਵਾਲਾ ਬਿਆਮੋ ਵਾਲਾ ਪ੍ਰੇਚੇ ਦਿਨ ਦਾ ਸੀ ਹੱਕ ਰੱਖਨੇ ਆ ਜੇ ਇਸ਼ਾਰਾ ਦੀ ਲਾਈਟ ਸਬਜ਼ ਲਾਈਟ ਆਨ ਹੈ ਤੇ ਵੇਰ ਹੋ ਗਿਆ ਇਤਨਾ ਤੇ ਹੁਣ ਤੁਹਾਨੂੰ ਸਭ ਨੂੰ ਪਤਾ ਹੀ ਹੈ ਨਾ ਕਿ ਜਿੱਦੋਂ ਇਸ਼ਾਰੇ ਦੇ ਉੱਤੇ ਲੋਚੇ ਵੇਰਦੇ ਹੋਵੇ ਜਿਸ ਪਾਸੇ ਸਬਜ਼ ਲਾਈਟ ਆਨ ਹੈ ਜ਼ਾਹਰ ਉਹ ਹੱਕ ਰੱਖਦਾ ਤੇ ਫਿਰ ਉਹ ਹੋ ਗਿਆ ਬਿਆਮੋ ਵਾਲਾ ਪ੍ਰੇਚੇ ਦਿਨ ਦਾ ਅਬਿਆਮੋਲਾ ਪ੍ਰੇਚੇ ਦੇਨ ਜ਼ਿਆ ਕਿ ਅਸੀਂ ਹੱਕ ਰੱਖਨੇ ਆ 2 ਇਨ ਪ੍ਰੈਜ਼ੈਂਸਾ ਦਿਲਸਨੀ ਹਾਲ ਲਾਫੀ ਗਰਵਾਤੋ ਦਿਖਾਏਗੇ ਸਿਗਨਲ ਦੀ ਮੌਜੂਦਗੀ ਵਿੱਚ ਇਹ ਦਿਲ ਸੇ ਮਾਫਰੋ ਇਸ਼ਾਰਾ ਹੈ ਤ੍ਰੈਲ ਉਚੀ ਤਿੰਨਾਂ ਲਾਈਟਾਂ ਵਾਲਾ ਸੁਰਖ ਪੀਲੀ ਤੇ ਵੇਰ ਦੇ ਸੁਰਖ ਪੀਲੀ ਤੇ ਵੇਰ ਦੇ ਇਹ ਜਿਹੜਾ ਤਿੰਨਾਂ ਲਾਈਟਾਂ ਵਾਲਾ ਇਸ਼ਾਰਾ ਲੱਗਾ ਹੁੰਦਾ ਹੈ ਇਹ ਵਾਲਾ अब अभियामला परिचे दिन असी हक रखने से अगर इलसेमा फोरो इस पेन तो अगर इशारा बन देते असी हक रखने तो वेर हो गया ये भी अगर ज्यादा सुरख लाइट हो तो तसा रुकना है अगर सबज इस पेन तो होक रख दे वेरो से इलसेमा फोरो इस पेन तो बंद ਤਿੰਨ ਇਨ ਪ੍ਰੈਜ਼ੈਂਟ ਸਦਰ ਸਿਨਾਲਾ ਫਿਗਰ ਆਦੋ ਦਿਖਾਏਗਾ ਸਿਗਨਲ ਦੀ ਮੌਜੂਦਗੀ ਵਿੱਚ ਏ ਦਿਲ ਸਿਮਾ ਫਰਵਤ ਰੈ ਲੋਚੀ ਇਸ਼ਾਰਾ ਇਹ ਤਿੰਨ ਲਾਈਟਾਂ ਨੇ ਅਬ ਬਿਆਮੁਲ ਅਪਰੇਚ ਦਿਨ ਦਾ ਅਸੀਂ ਹੱਕ ਰੱਖਨੇ ਆ ਛੇ ਇਲ ਸਿਮਾ ਫਰੋ ਅਗਰ ਇਸ਼ਾਰਾ ਏ ਅਲੋਚੇ ਰੋਸਾ ਉਹਦੀ ਸੁਰਖ ਲਾਈਟ ਹੈ ਮਾਂ ਲੇਕਨ ਲਾ ਜਿੰਨ ਤੇ ਦਿਲ ਟ੍ਰਾਫੀ ਕੋ ਪੁਲਿਸ ਵਾਲਾ ਜੀ ਹੋਰ ਦੀਨਾ ਸਾਨੂੰ ਆਰਡਰ ਦੇ ਰਿਹਾ ਹੁਕਮ ਦੇ ਰਿਹਾ ਦੀ ਪਸਾਰੇ ਗੁਜ਼ਰਨ ਦਾ ਯਾਨੀ ਕਿ ਇਸ਼ਾਰਾ ਤੁਸੀਂ ਜਾਂਦੇ ਹੋ ਪੇ ਤੰਗ ਰੋਡ ਸ਼ੁਰੂ ਹੋ ਗਿਆ ਇਸ਼ਾਰਾ ਲੱਗਾ ਇਸ਼ਾਰਾ ਉਸ ਟਾਈਮ ਸੁਰਖ ਹੈ ਇਸੇ ਮਾਫਰੋ ਇਹ ਅਲੂ ਚੇਰੋਸਾ ਉਹਦੀ ਸੁਰਖ ਲਾਈਟ ਆਨ ਹੈ ਲੇਕਿਨ ਫੇਰ ਵੀ ਤੁਸੀਂ ਹੱਕ ਰੱਖਦੇ ਹੋ ਕੀ ਪਿਆੰਦਾ ਅੱਬੇ ਆਮੋਲਾ ਪਰੇਚ ਦੇ ਨਜ਼ੀ ਹੱਕ ਰੱਖਨੇ ਆ ਇਸ਼ਾਰੇ ਦੀ ਸੁਰਖ ਲਾਈਟ ਆਨ ਹੈ ਇਹਦੇ ਚੇਫ ਕਾਲ ਦੇ ਵਿੱਚ ਐ ਸਵਾਲ ਨੂੰ ਗਲਤ ਨਹੀਂ ਕਰ ਦੇਣਾ ਜਲਦਬਾਜ਼ੀ ਚ ਐ ਸਵਾਲ ਨੂੰ ਗਲਤ ਨਹੀਂ ਕਰ ਦੇਣਾ ਤਹਮਲ ਦੇ ਨਾਲ ਕੀ ਅੱਗੇ ਪਿਆੰਦਾ ਮਾਂ ਲੇਕਨ ਲਾ ਜੈਂਤੇ ਡੇਲ ਟ੍ਰਾਫੀਕੋ ਪੋਲਸ ਆਲਾ ਜੀ ਔਰ ਦੀਨਾ ਤੁਹਾਨੂੰ ਹੁਕਮ ਦੇ ਰਿਆ ਦੀ ਪਸਾਰੇ ਗੁਜ਼ਰਨ ਦਾ ਇਸ਼ਾਰਾ ਭਾਵੇਂ ਸੁਰਖੇ ਲੇਕਿਨ ਅਗਰ ਪੁਲਿਸ ਵਾਲਾ ਤੁਹਾਨੂੰ ਕਹਿ ਰਿਆ ਨਾ ਕਿ ਤੁਸੀਂ ਪਸਾਰੇ ਕਰੋ ਆਰਡਰ ਦੇ ਰਿਆ ਤੇ ਫਿਰ ਤੁਸੀਂ ਕੀ ਕਰਨਾ ਹੈ ਫਿਰ ਤੁਸੀਂ ਗੁਜ਼ਰ ਜਾਣਾ ਫਿਰ ਤੁਸੀਂ ਉਹ ਬਿਆਮੋ ਵਾਲਾ ਪੁਲਿਚ ਦੇ ਨਜ਼ਰ ਆਖਦੇ ਹੋ ਵੇਰ ਹੋ ਗਿਆ ਉਹ ਅੰਜ ਤੁਸੀਂ ਬਿਆਮੋ ਦਾ ਪੁਲਿਚ ਦੇ ਨਜ਼ਰ ਆਖਦੇ ਹੋ ਜਿੱਦੋਂ ਲੋਚੇ ਵੇਰ ਦੇਵੇ ਤੇ ਸਿਮਾਂਫਰੋਸ ਪਿੰਦੇ ਵੇ ਤੁਸੀਂ ਕੀ ਕਰਦੇ ਹੋ ਬਿਆਮਲ ਅਪਰੇਚ ਦਿਨ ਦਾ ਤੇ ਜਦੋਂ ਪੁਲਿਸ ਵਾਲਾ ਵੀ ਕਹਿ ਦੇਣਾ ਮਾ ਅਜੰਤ ਦੇ ਇਲਾਵਾ ਟ੍ਰਾਫਿਕ ਚੀ ਔਰ ਦਿਨਾਂ ਦੀ ਪਸਾਰੇ ਫਿਰ ਵੀ ਤੁਸੀਂ ਬਿਆਮਲ ਅਪਰੇਚ ਦਿਨ ਦਾ ਰੱਖਦੇ ਹੋ ਚਾਰ ਇਨ ਪ੍ਰੈਜ਼ੈਂਸਾ ਦਿਲ ਸੇ ਨਹੀਂ ਆਲੇ ਰਾ ਫਿਗਰ ਆਦੋ ਦਿਖਾਏਗੇ ਸਿਗਨਲ ਦੀ ਮਜਬੂਰੀ ਵਿੱਚ ਇਹ ਦਿਲ ਸਿਮਾਂਫਰੋ ਅਤਰਾ ਅਲੋਚੀ ਦੋ ਬਿਆਮੋ ਦਾਰੇਲਾ ਅਪਰੇਚ ਦਿਨ ਦਾ ਅਸਾਂ ਹੱਕ ਦੇਣਾ ਹੈ ਹੁਣ ਵੇਖੋ ਨਾ ਇੱਥੇ ਆ ਗਿਆ ਦਾਰੇ ਲਾ ਪ੍ਰੇਚੇ ਦਿਨ ਦਾ ਅਸਾਂ ਹੱਕ ਦੇਣਾ ਸੇ ਇਲ ਸੇ ਮਾਫਰੋ ਅਸਪੈਂਤੋ ਅਗਰ ਇਸ਼ਾਰਾ ਬੰਦੇ ਤੇ ਫੇਰ ਵੀ ਅਸਾਂ ਹੱਕ ਦੇਣਾ ਇੱਥੋਂ ਤੱਕ ਵੇਖੋ ਸਵਾਲ ਇੱਥੋਂ ਤੱਕ ਕੀ ਕਹਿ ਰਿਹਾ ਹੈ ਇਸ਼ਾਰਾ ਬੰਦ ਤੇ ਫੇਰ ਵੀ ਅਸਾਂ ਹੱਕ ਦੇਣਾ ਪਰ ਇਹਦੇ ਅੱਗੇ ਅਗਲੀ ਸ਼ਰਤ ਕੀ ਹੈ ਇਹ ਲਾ ਅਜੈਂਟ ਦੇ ਟ੍ਰੈਫਿਕ ਪੁਲਿਸ ਵਾਲਾ ਚੀ ਔਰ ਦਿਨਾਂ ਦੀ ਫੇਰ ਮਾਰ ਚੀ ਪੁਲਿਸ ਵਾਲਾ ਦਵਾਨੋ ਕਹਿ ਰਹਾ ਮੈਂ ਕਿ ਰੁਕ ਜਾਓ ਤੇ ਫੇਰ ਤੁਸੀਂ ਰੁਕ ਜਾਣਾ ਔਰ ਹੱਕ ਦੇਣਾ ਭਾਵੇਂ ਇਸ਼ਾਰਾ ਬੰਦ ਏ ਸੇ ਮਾਫਰੋ ਇਸ ਪਿੰਨ ਤੋਂ ਉੱਤੇ ਅਸੀਂ ਪਰ ਕੇ ਆਏ ਆ ਸੇ ਮਾਫਰੋ ਇਸ ਪਿੰਨ ਤੋਂ ਇਸ਼ਾਰਾ ਬੰਦ ਹੋਵੇ ਤੇ ਅਬ ਬਿਆਮੋ ਲਾ ਪਰੇਚ ਦਿਨ ਜਾਸੀ ਹੱਕ ਰੱਖਨੇ ਆ ਇੱਥੇ ਪਿਆੰਦਾ ਸਿਮਾਫਰੋ ਇਸ ਪਿੰਨ ਤੋਂ ਇਸ਼ਾਰਾ ਬੰਦ ਏ ਦਬਿਆ ਮੋ ਦਾਰੇ ਲਾ ਪ੍ਰੇਚੇ ਤੈਨਜ਼ਾ ਤੁਸਾਂ ਹੱਕ ਦੇਣਾ ਯਾਨੀ ਕਿ ਤੁਸਾਂ ਲੰਘਣ ਦੇਣਾ ਪਰ ਇੱਥੇ ਫਿਰ ਉਹਨੇ ਇੱਕ ਨਾਲ ਸ਼ਰਤ ਵੀ ਦਾਸ ਦਿੱਤੀ ਏ ਲਾ ਜੈਂਟੇ ਡੇਲ ਟ੍ਰਾਫੀਕੋ ਪੁਲਾਸਾਲਾ ਚੀ ਔਰ ਦਿਨਾ ਹੁਕਮ ਦੇ ਰਹੀ ਆ ਦੀ ਫਿਰ ਮਾਰਚੀ ਰੁਕ ਜਾਓ ਚਾਹੇ ਲੋਚੇ ਵੇਰ ਦੇ ਵਿੱਚ ਚਾਹੇ ਸਿਮਾਫਰੋਸ ਪੈਂਤੋ ਵੇ ਅਗਰ ਪੂਰਾ ਸਾਲਾ ਆਰਡਰ ਦੇ ਰਿਹਾ ਫਿਰ ਮਾਰਚੀ ਰੁਕ ਜਾਓ ਤੇ ਫਿਰ ਤੁਸਾਂ ਰੁਕ ਜਾਣਾ ਤੇ ਦਾਰੇ ਲਾ ਪਰੇਚ ਦਿਨ ਦਾ ਦੇਣਾ ਵੇਰੋ ਹੋ ਗਿਆ ਪੰਜ ਇਨ ਪ੍ਰੈਜ਼ੈਂਸ ਅਦਲਸ ਨੇ ਹਾਲੇ ਰੂ ਫਿਗਰ ਹਾ ਦਿਖਾਏਗੇ ਸਿਗਨਲ ਦੀ ਮਨਜ਼ੂਰੀ ਵਿੱਚ ਏ ਦਿਲ ਸੇ ਮਾ ਫੋਰ ਇਸ਼ਾਰਾ ਤ੍ਰੈ ਲੋਚੀ ਤਿੰਨਾਂ ਲਟਾਂ ਲਾ ਅਬੇ ਆ ਮੋਲਾ ਪਰੇਚ ਦਿਨ ਦਾ ਅਸੀਂ ਹੱਕ ਰੱਖਨੇ ਆ ਸੇ ਇਲ ਸੇ ਮਾ ਫਰੋ ਅਗਰ ਇਸ਼ਾਰਾ ਏ ਹੈ ਅਲੂਚੇ ਜਾਲਾ ਲੰਪੇ ਜਾਣਤੇ ਲੂਚੇ ਜਾਲਾ ਲੰਪੇ ਜਾਣਤੇ ਪੀਲੀ ਲਾਈਟ ਬਲ ਦੀ ਬੁਝਦੀ ਏ ਤੇ ਕੀ ਏ ਜੀ ਅਸੀਂ ਹੱਕ ਰੱਖਨੇ ਆ ਅਬਿਆਮ ਵਾਲਾ ਪਰੇਚੇ ਦਿਨ ਦਾ ਵੇਰੋ ਹੋ ਗਿਆ ਸਵਾਲ ਹੈ ਕਾਫੀ ਇੰਟਰਸਟਿੰਗ ਨੇ ਜੇ ਐਨ ਇੰਟਰਸਟਿੰਗ ਨੇ ਜੇ ਤੁਸੀਂ ਇੰਜ ਤਸੱਲਾ ਦੇ ਨਾਲ ਠੰਡੇ ਦਿਮਾਗ ਦੇ ਨਾਲ ਆਸਤਾ ਆਸਤਾ ਸਮਝ ਸਮਝ ਕੇ ਕਰੋਗੇ ਨਾ ਤੁਸੀਂ ਸਮਝੋਗੇ ਤੁਸੀਂ ਇੱਕ ਗੇਮ 'ਤੇ ਖੇਡਦੇ ਹੋ ਫਿਰ ਤੁਹਾਨੂੰ ਨਾਲ ਮਜ਼ਾ ਵੀ ਆਵੇਗਾ ਤੁਹਾਡਾ ਜ਼ਿਹਨ ਵੀ ਫ੍ਰੈਸ਼ ਰਹੇਗਾ ਜੇ ਤੁਸੀਂ ਆਸਤਾ ਜਿਸ ਤਰ੍ਹਾਂ ਮੈਂ ਪਿਆ ਪਾਰਨਾ ਇੰਜ ਆਸਤਾ ਆਸਤਾ ਸਮਝ ਕੇ ਕਰੋਗੇ ਤੇ ਫਿਰ ਤੁਹਾਨੂੰ ਨਾਲ ਫ੍ਰੈਸ਼ ਰਹੇਗਾ ਤੁਹਾਡਾ ਜ਼ਿਹਨ ਵੀ ਔਰ ਮਜ਼ਾ ਵੀ ਆਵੇਗਾ ਕਿਉਂਕਿ ਬਰੇਨ ਇੰਟਰਸਟਿੰਗ ਸਵਾਲ ਸ਼ੁਰੂ ਹੋਏ ਨੇ ਅੱਛਾ ਜੀ ਹੁਣ ਫੇਰ ਗੱਲ ਕਰ ਰਿਹਾ ਬਿਆਮੋਲਾ ਪ੍ਰੇਚ ਦੇ ਦਿਨ ਦਾ ਅਸੀਂ ਹੱਕ ਰੱਖਨੇ ਆ ਕਿਦੋਂ ਜਦੋਂ ਲੋਚੇ ਜਾਲਾ ਲੰਪੇ ਜਾਣਤੀ ਏ ਪੀਲੀ ਲਾਈਟ ਬਲਦੀ ਬੋਝਦੀ ਤੇ ਫੇਰ ਵੀ ਅਸੀਂ ਹੱਕ ਰੱਖਨੇ ਆ ਹੁਣ ਇਹਦੇ ਚ ਵੇਖ ਲਈਏ ਜੀ ਅਸੀਂ ਹੱਕ ਕਿਦੋਂ ਕਿਦੋਂ ਰੱਖਨੇ ਆ ਬਿਆਮੋਲਾ ਪ੍ਰੇਚ ਦੇ ਦਿਨ ਦਾ ਲੋਚੇ ਵੇਰ ਦੇ ਹੱਕ ਰੱਖਨੇ ਆ ਜੀ ਲਾਈਟ ਸਬਜ਼ ਏ ਅਬਿਆਮੋਲਾ ਪ੍ਰੇਚੇ ਦੇਨ ਜਾ ਸਿਮਾ ਫਰਸ ਇੰਤਿਹਾਕ ਹੱਕ ਰੱਖਨੇ ਆ ਜੀ ਇਸ਼ਾਰਾ ਬੰਦ ਏ ਅਬਿਆਮੋਲਾ ਪ੍ਰੇਚੇ ਦੇਨ ਜਾ ਅਸੀਂ ਹੱਕ ਰੱਖਨੇ ਆ ਜੀ ਲੈਟ ਭਾਵੇਂ ਸੁਰਖ ਲੇਕਿਨ ਪੁਲਿਸ ਵਾਲਾ ਕਹਿ ਰਿਹਾ ਕਿ ਤੁਸੀਂ ਲੰਘ ਜਾਓ ਅਬਿਆਮੋਲਾ ਪ੍ਰੇਚੇ ਦੇਨ ਜਾ ਅਸੀਂ ਹੱਕ ਰੱਖਨੇ ਆ ਜੀ ਪੀਡੀ ਲਾਈਟ ਬਲ ਦੀ ਬੁਝਦੀ ਏ ਠੀਕ ਹੋ ਗਿਆ ਹੱਕ ਉਹਦੋਂ ਦੇਣਾ ਜਦੋਂ ਇਹ ਸਾਈਨ ਲਾਈਟ ਸੁਰਖ ਹੈ ਜਦੋਂ ਪੁਲਿਸ ਵਾਲਾ ਤੁਹਾਨੂੰ ਆਕੇ ਕਿ ਰੁਕ ਜਾਓ ਉਹਦੇ ਫਿਰ ਤੁਸੀਂ ਹੱਕ ਦੇਣਾ ਦਾਰੇ ਵਾਲਾ ਪਰੇਚ ਦਿਨ ਦਾ ਕਰਨਾ ਕਲੀਅਰ ਹੋ ਗਿਆ ਸਵਾਲ ਨੰਬਰ 6 ਹੁਣ ਫਾਲਸ ਤੋਂ ਸ਼ੁਰੂ ਨੇ ਇਨ ਪ੍ਰੈਜ਼ੈਂਸ ਆ ਦੇਲਸ ਨੇ ਵਾਲਾ ਰਫਿਗਵਾ ਦਿਖਾਏਗੇ ਸਿਗਨਲ ਦੀ ਮਜੋਦੀ ਵਿੱਚ ਇਹ ਦਿਲ ਸੇ ਮਾਫਰੋ ਇਸ਼ਾਰਾ ਤ੍ਰੈਲੋ ਚੀ ਤਿੰਨ ਵਾਲਾ ਟਾਲ ਅੱਬਿਆਮ ਵਾਲਾ ਪਰੇਚ ਦਿਨ ਦਾ ਅਸੀਂ ਹੱਕ ਰੱਖਣੇ ਆ ਆਂਕੇ ਫੇਰ ਵੀ ਸੇ ਇਲ ਸੇ ਮਾਫਰੋ ਅਗਰ ਇਸ਼ਾਰਾ ਏ allo cerosa ਕਿ ਉਹ ਸੁਰਖ ਲੈਟ ਦੀ ਆਨ ਹੈ ਤਾਂ ਫੇਰ ਵੀ ਅਸੀਂ ਅਬਿਆਮ ਵਾਲਾ ਪ੍ਰੇਚੇ ਦਿਨ ਰੱਖਨੇ ਫਾਲਸ ਇੰਤਹਾਈ ਈਜ਼ੀ ਸਵਾਲ ਹੈ ਲੋਚੇ ਰੋਸਾ ਤੇ ਫਿਰ ਅਸੀਂ ਕੀ ਕਰਨਾ ਦਾਰੇਲਾ ਪ੍ਰੇਚੇ ਦਿਨ ਦਾ ਹੱਕ ਦੇਣਾ ਲੈਣਾ ਨਹੀਂ ਦੇਨੇ ਵੀ ਸਾਨੂੰ ਆਉਣੇ ਚਾਹੀਦੇ ਨੇ ਨਾ ਆਮ ਜ਼ਿੰਦਗੀ ਦੇ ਵਿੱਚ ਵੀ ਸਾਨੂੰ ਸਾਡੇ ਕੁਝ ਹੱਕ ਨੇ ਉਹ ਦੇਨੇ ਵੀ ਚਾਹੀਦੇ ਨੇ ਸਿਰਫ ਲੈਣੇ ਹੀ ਨਹੀਂ ਚਾਹੀਦੇ ਕਿ ਐ ਵੀ ਸਾਡਾ ਹੱਕ ਹੈ ਐ ਵੀ ਸਾਡਾ ਹੱਕ ਹੈ ਬਿਆਮੋਲਾ ਪਰੇਚੇ ਦਿਨ ਦਾ ਬਿਆਮੋਲਾ ਪਰੇਚੇ ਦਿਨ ਦਾ ਕਿ ਮੇਰਾ ਹੱਕ ਹੈ ਮੇਰਾ ਹੱਕ ਹੈ ਮੇਰਾ ਹੱਕ ਨਹੀਂ ਦਾਰੇਲਾ ਪਰੇਚੇ ਦਿਨ ਦਾ ਵੀ ਸਿੱਖੋ ਕਿ ਤੁਹਾਡੇ ਕੁਝ ਹੱਕ ਹੱਕੂ ਹੱਕੂਕ ਹੁੰਦੇ ਨੇ ਜਿਹੜੇ ਤੁਸੀਂ ਦੇਨੇ ਵੀ ਹੁੰਦੇ ਨੇ ਤੇ ਦਾਰੇਲਾ ਪਰੇਚੇ ਦਿਨ ਦਾ ਵੀ ਸਿੱਖੋ ਇਸੇ ਤਰ੍ਹਾਂ ਹੀ ਲੋਚੇ ਰੋਸਾ ਤੇ ਹੱਕ ਕਿਸੇ ਨੂੰ ਦਬੋ ਵੀ ਇਹ ਨਹੀਂ ਕਿ ਹਮ ਸਾਰੇ ਹੱਕ ਹੀ ਤਵਾੜੇ ਨੇ ਸੱਤ ਇਨ ਪ੍ਰੈਜ਼ੈਂਸ ਆ ਦਿਲ ਸਿਨੇ ਆਲੇ ਰਾਫੀਗੁਰ ਆ ਦਿਖਾਏਗੇ ਸਿਗਨਲ ਦੀ ਮਜੋਦਗੀ ਵਿੱਚ ਇਹ ਦਿਲ ਸੇ ਮਾਫਰੋ ਇਸ਼ਾਰਾ ਅਤੈ ਲੋਚੀ ਕਿੰਨਾ ਲਟਾਂ ਲਾ ਦਬਿਆਮੋ ਤਾਰੇ ਵਾਲਾ ਪ੍ਰੇਚੇ ਦਿਨ ਦਾ ਹੱਕ ਦੇਣਾ 6 ਇਲ ਸੇ ਮਾਫਰੋ ਅਗਰ ਇਸ਼ਾਰਾ ਆ ਲੋਚੇ ਲੰਪੇ ਜਾਣਦੇ ਚਾਲਾ ਅਗਰ ਪੀਲੀ ਲਾਈਟ ਬਲ ਦੀ ਬੁੱਝਦੀ ਤੇ ਕਹਿ ਰਿਹਾ ਫੇਰ ਕੀ ਕਰਨਾ ਦਬੇ ਆਮੋ ਸਾਰੇ ਲਾਪਰੇਚੇ ਦਿਨ ਦਾ ਫਕ ਦੇ ਨੇ ਫਾਲਸੋ ਕਿਆ ਹੂੰ ਕੈਸੀ ਵੇਕ ਕੇ ਆਏ ਆ ਕਿ ਲੋਚੇ ਜਾਲਾ ਲੰਪ ਤੇ ਜਾਣ ਤੇ ਦੇ ਵਿੱਚ ਕੀ ਏ ਅਬਿਆਮੋ ਲਾਪਰੇਚੇ ਦਿਨ ਦਾ ਸੀ ਹੱਕ ਰੱਖਨੇ ਆ ਲੋਚੇ ਜਾਲਾ ਲੰਪ ਜਾਣ ਤੇ ਦੇ ਵਿੱਚ ਅਬਿਆਮੋ ਲਾਪਰੇਚੇ ਦਿਨ ਦਾ ਸਵਾਲ ਵੇਰ ਹੋਵੇ ਇੱਥੇ ਕੀ ਪਿਆੰਦਾ ਦੁਬਿਆਮੋ ਦਾਰੇ ਲਾ ਪ੍ਰੇਚੇ ਦਿਨ ਦਾ ਹੱਕ ਦੇਣਾ ਲੁਚੇ ਜਲ ਨਾ ਬੁਝਾਣ ਕਪਾਲ ਸੋ ਅੱਠ ਇਨ ਪ੍ਰੇਜ਼ੈਂਟ ਸਾਦੇ ਲਸਨੇ ਆਲੇ ਰਾਫੀ ਗਲਾਦ ਦਿਖਾਏ ਗਏ ਸਿਗਨਲ ਦੀ ਮੌਜੂਦਗੀ ਵਿੱਚ ਇਹ ਦਿਲ ਤੇ ਮਾਂ ਫਰੋ ਇਸ਼ਾਰਾ ਅਤਰੈ ਲੁਚੀ ਤਿੰਨਾ ਲਟਾ ਲਾ ਅਬਿਆਮੋ ਦਾ ਪ੍ਰੇਚੇ ਦਿਨ ਦਾ ਅਸੀਂ ਹੱਕ ਰੱਖਨੇ ਆ ਤੇ ਇਲਤਮਾਮ ਕਰੋ ਅਗਰ ਇਸ਼ਾਰਾ ਇਹ ਆ ਲੋਚੇ ਵੇਰ ਦੇ ਉਹਦੀ ਸੁਰਖ ਲ ਸਬਜ਼ ਲਾਈਟ ਆਨ ਹੈ ਤੇ ਅਸੀਂ ਹੱਕ ਰੱਖਨੇ ਆ ਅਗਲੀ ਗੱਲ ਇਹ ਔਰ ਲ ਆਜਿੰਦੇ ਦੇਲ ਟ੍ਰਾਫਿਕ ਪੁਲਿਸ ਵਾਲਾ ਚੀ ਔਰ ਦੀਨਾ ਹੁਕਮ ਦੇ ਰਿਹਾ ਆਰਡਰ ਦੇ ਰਿਹਾ ਦੀ ਫਿਰ ਮਾਰਚੀ ਰੁਕ ਜਾਓ ਕਹਿੰਦਾ ਇਸ਼ਾਰਾ ਉਹਦੀ ਸਬਜ਼ ਲਾਈਟ ਆਨ ਹੈ ਤੇ ਅਸੀਂ ਹੱਕ ਰੱਖਨੇ ਆ ਭਾਵੇਂ ਸਾਨੂੰ ਪੁਲਿਸ ਵਾਲਾ ਕਹ ਰਿਹਾ ਕਿ ਤੁਸੀਂ ਰੁਕ ਜਾਓ ਤੇ ਫਾਲਸੋ ਹੋ ਗਿਆ। ਤੁਸੀਂ ਪੁਲਿਸ ਵਾਲੇ ਦੀ ਗੱਲ ਟਾਲ ਤੇ ਨਹੀਂ ਨਾ ਸਕਦੇ। ਆਂਦਾ ਸਬਜ਼ ਲਾਈਟ ਆਨ ਵੀ ਹੈ ਤੇ ਫੇਰ ਵੀ ਤੁਸੀਂ ਹੱਕ ਰੱਖਨੇ ਆਂ ਭਾਵੇਂ ਪੁਲਿਸ ਵਾਲਾ ਆਈ ਪਿਆ ਕੇ ਕਿ ਰੁਕ ਜਾ ਫਾਲਸੋ। ਅਗਰ ਉਹ ਆਖੇ ਫਿਰ ਮਾਰ ਚੀ ਤੇ ਫੇਰ ਤੁਸੀਂ ਹੱਕ ਨਹੀਂ ਰੱਖਦੇ। ਤਾਂ ਬੇਅਮੌਲਾ ਪੂਰੇ ਦਿਨ ਦਾ ਨਹੀਂ ਰੱਖਦੇ। ਤੁਹਾਡਾ ਹੱਕ ਖਤਮ ਹੋ ਜਾਂਦਾ ਹੈ। ਨਾਉਂ ਇਨ ਪ੍ਰੇਜ਼ੈਂਸ ਅਦਲ ਸਨੇ ਹਾਲ ਅਲ੍ਹਾ ਫਿਕਰ ਆਦੋ ਦਿਖਾਏਗੇ ਸਿਗਨਲ ਦੀ ਮੌਜੂਦਗੀ ਵਿੱਚ ਇਹ ਦਿਲ ਸਿਮਾਫਰੋ ਇਸ਼ਾਰਾ ਅਤਰੈ ਲੋਚੀ ਤਿੰਨਾਲਾ ਟਾਲਾ ਅਬਯਾਮੋ ਲਾ ਪ੍ਰੇਚੇ ਦਿਨ ਜ਼ਾ ਹੱਕ ਰੱਖਨੇ ਆ ਸੇ ਇਲ ਸਿਮਾਫਰੋ ਇਸਪਿੰਤੋ ਇਸ਼ਾਰਾ ਬੰਦੇ ਤੇ ਆਂਦੇ ਅਸੀਂ ਹੱਕ ਰੱਖਨੇ ਆ ਇੱਥੋਂ ਤੱਕ ਤਾਂ ਸਵਾਲ ਠੀਕ ਹੈ ਇਸ਼ਾਰਾ ਬੰਦ ਹੋਏ ਤੇ ਅਸੀਂ ਹੱਕ ਰੱਖਨੇ ਆ ਇੱਥੋਂ ਤੱਕ ਸਵਾਲ ਠੀਕ ਹੈ ਲੇਕਿਨ ਅੱਗੇ ਕੀ ਪਿਆੰਦਾ ਹੈ ਵੀ ਦਸਾਂ ਵੇਖਣਾ ਏ ਔਰ ਅਜੰਤ ਦੇ ਟ੍ਰਾਫਿਕੋ ਪੁਲਾਸਾਲਾ ਚੀ ਔਰ ਦਿਨਾਂ ਦੀ ਫਿਰ ਮਾਰ ਚੀ ਪੁਲਾਸਾਲਾ ਆਖੇ ਕਿ ਰੁਕ ਜਾਓ ਸਮਝ ਆਈ ਏ ਜੇ ਸਵਾਲ ਦੀ ਕਿ ਨਹੀਂ ਜ਼ਰਾ ਜ਼ਿਹਨ ਚ ਗੌਰ ਕਰੋ ਸੰਕੀ ਪਿਆੰਦਾ ਕਹਿੰਦਾ ਇਸ਼ਾਰਾ ਸਪਿੰਨ ਤੋਂ ਹੋਵੇ ਬੰਦ ਯਾਨੀ ਕਿ ਸਬਜ਼ ਲਾਈਟ ਆਨ ਹੈ ਜਿੰਜੇ ਦੇ ਚਲੂਚੇ ਵੇੜਦੇ ਸੀ ਵੇੜ ਦੇ ਦੀ ਜਗ੍ਹਾ ਸਿਰਫ ਇੱਥੇ ਨੇ ਸਪਿੰਟੋ ਕਹਿ ਦਿੱਤਾ ਲੋ ਵੇੜ ਦੇ ਦੀ ਜਗ੍ਹਾ ਇੱਥੇ ਇਹਨੇ ਲੋਚੇ ਵੇੜ ਦੇ ਦੀ ਜਗ੍ਹਾ ਸਪਿੰਟੋ ਕਹਿ ਦਿੱਤਾ ਕਿ ਇਸ਼ਾਰਾ ਬੰਦ ਹੈ ਯਾਨੀ ਕਿ ਸਬਜ਼ ਲਾਈਟ ਆਣ ਹੈ ਔਰ ਕਹਿ ਰਿਹਾ ਕਿ ਅਸੀਂ ਹੱਕ ਰੱਖਨੇ ਆਂ ਭਾਵੇਂ ਸਾਨੂੰ ਪੁਲਿਸ ਵਾਲਾ ਆਂਦਾ ਪਿਆ ਰੁੱਕ ਜਾਓ ਤੇ ਫਾਲਸੋ ਅਗਰ ਪੁਲਿਸ ਵਾਲਾ ਸਾਨੂੰ ਕਹਿ ਰਿਹਾ ਨਾ ਔਰ ਦਿਨਾਂ ਦੀ ਫਰਮਾਰ ਚ ਕਿ ਰੁੱਕ ਜਾਓ ਫਰਮਾ ਸਟਾਪ ਤੇ ਚਾਹੇ ਸਪਿੰਟੋ ਹੋਵੇ ਲੋਚੇ ਵੇੜ ਦੇ ਹੋਵੇ फिर असी अभ्यामला परिचय दिन अभ्याम वाला परिचे दिन नहीं रखते हक नहीं रखते लो जी यह पीज सन खूब तैयारी करो परिचे दिनजा दगू इन शाला लैसन चैप्टे शुरू होगा असला